ਸੰਗਤ ਜੀ, ਬਹੁਤ ਹੀ ਇੰਪੋਰਟੈਂਟ ਵੀਡੀਓ ਹੈ ਨਾ। ਜੇ ਤੁਸੀਂ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਵਿੱਚ ਸਿੱਧਾ ਸਹਿਯੋਗ ਪਾਉਣਾ ਚਾਹੁੰਦੇ ਹੋ ਤਾਂ ਵੀਡੀਓ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ। ਕਿਉਂ ਕਹਿ ਰਿਹਾ? ਕਿਉਂਕਿ ਖੜ੍ਹੇ ਹਾਂ ਬੀਰ ਦਵਿੰਦਰ ਕੋਲ। ਤੁਸੀਂ ਬਹੁਤ ਸਾਰੇ ਲੋਕ ਮੇਰੇ ਸਟੇਟਸ ਤੋਂ ਲੈ ਕੇ ਜਾਂ ਮੈਂ ਕਈਆਂ ਨੂੰ ਭੇਜੇ, ਕਈਆਂ ਨੇ ਮੰਗਾਏ ਨੇ ਬੀਰ ਦਵਿੰਦਰ ਦੇ ਡਰੈਸਿੰਗ ਦੇ ਵੀਡੀਓਜ਼ ਮੰਗਾਏ ਸੀਗੇ। ਤੁਸੀਂ ਦੇਖ ਪਾ ਰਹੇ ਹੋ ਪਿੱਛੇ ਸਰਵਮੈਂਟੀ ਨਾਲ ਜੁੜੀਆਂ ਹੋਈਆਂ ਭੈਣਾਂ ਡਰੈਸਿੰਗ ਕਰ ਰਹੀਆਂ। ਕਸ਼ਮੀਰ ਤੋਂ ਪੇਸ਼ੈਂਟ ਸੀਗਾ, ਬਹੁਤ ਹੀ ਭਿਆਨਕ ਔਰ ਬੁਰੀ ਹਾਲਤ ਦੇ ਵਿੱਚ ਆਇਆ ਸੀ। 92-95% ਤੱਕ ਬਰਨ ਇੰਜਰੀ ਸੀਗੀ, ਮਲਟੀਪਲ ਬੈੱਡ ਸੋਰ ਸੀਗੇ। ਉਹਨਾਂ ਹਾਲਾਤਾਂ ਦੇ ਵਿੱਚ ਆਇਆ ਸੀਗਾ ਸ਼ਹਿਜ਼ਾਨ, ਬਟ ਹੁਣ ਅਬਾਊਟ 97-99 ਜਾਂ 100% ਹੀ ਕਹਿ ਲਓ, ਆਲਮੋਸਟ ਰਿਕਵਰ ਕਰਨ ਦੇ ਉੱਪਰ ਪਹੁੰਚ ਚੁੱਕਿਆ। ਬੀਰ ਦਵਿੰਦਰ ਪਟਿਆਲੇ ਤੋਂ ਸੀਗਾ। ਹੁਣ ਇਹਨਾਂ ਨੂੰ ਸਰ ਨੂੰ ਹੋਇਆ ਕਿਆ? ਸਪਾਈਨਲ ਕੋਡ ਇੰਜਰੀ, ਜਿਹਨੂੰ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਹਿੰਦੇ ਕਿ ਰੀੜ੍ਹ ਦੀ ਹੱਡੀ ਟੁੱਟ ਗਈ ਔਰ ਬੈੱਡ ਸੋਰ ਹੋ ਗਏ, ਥੱਲੇ ਵਾਲਾ ਪਾਸਾ ਸੁੰਨ ਹੋ ਗਿਆ ਨਾ। ਐਡੇ ਐਡੇ ਭਿਆਨਕ ਬੈੱਡ ਸੋਰਾਂ ਦੇ ਵਿੱਚ ਪਹੁੰਚ ਗਏ, ਬਹੁਤ ਹੀ ਭਿਆਨਕ ਜ਼ਖਮਾਂ 'ਚ। ਕਈ ਕਈ ਸਾਲ ਪੇਸ਼ੈਂਟ ਬੰਦ ਹੁੰਦੇ ਫਿਰ ਇੱਥੇ ਪਹੁੰਚਦੇ। ਕਿੱਥੇ ਖੜ੍ਹੇ ਹਾਂ? ਖੜ੍ਹੇ ਹਾਂ ਪਿੰਡ ਮਦਨਹੇੜੀ, ਤਹਿਸੀਲ ਖਰੜ, ਜ਼ਿਲ੍ਹਾ ਮੋਹਾਲੀ ਦੇ ਵਿੱਚ। ਹੁਣ ਤੁਹਾਡੇ ਤੋਂ ਹਮੇਸ਼ਾ ਗੁਜ਼ਾਰਿਸ਼ ਕਰਦੇ ਹਾਂ ਕਿ ਪਲੀਜ਼ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ। ਜ਼ਿੰਦਗੀਆਂ ਬਚਾਉਣ ਦੇ ਵਿੱਚ ਤੁਸੀਂ ਸਹਿਯੋਗ ਕਰਨਾ ਹੀ ਕਰਨਾ, ਤੁਹਾਨੂੰ ਕੁਛ ਨਹੀਂ ਲੱਗਣਾ। ਔਨਲਾਈਨ ਸੇਵਾ ਕਰਦੇ ਕਰਦੇ ਤੁਹਾਡਾ ਸਿਰਫ ਸ਼ੇਅਰ ਲੱਗਣਾ, ਤੁਸੀਂ ਬਹੁਤ ਸਾਰੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਹਿਯੋਗ ਕਰ ਦੋਗੇ, ਕਿਉਂਕਿ ਇਹ ਸਾਰੇ ਪੇਸ਼ੈਂਟ ਕਿਤੇ ਨਾ ਕਿਤੇ ਤੁਹਾਡੇ ਸ਼ੇਅਰ ਕੀਤੇ ਹੋਏ ਵੀਡੀਓ ਦੇਖਦੇ ਹੋਏ ਹੀ ਇੱਥੇ ਪਹੁੰਚੇ ਆ। ਬੀਰ ਦਵਿੰਦਰ ਦੀ ਗੱਲ ਕਰਦੇ ਆ, ਬੀਰ ਦਵਿੰਦਰ ਪਟਿਆਲੇ ਤੋਂ ਬਿਲੋਂਗ ਕਰਦਾ, ਕਿੰਨੇ ਸਾਲ ਹੋ ਗਏ ਇੰਜਰੀ ਨੂੰ? 6 ਸਾਲ ਹੋ ਗਏ ਭਾਜੀ। 6 ਸਾਲ? ਹਾਂਜੀ ਭਾਜੀ। ਦੇਖੋ ਸ਼ਬਦ ਨਾਲ ਕਹਿਣਾ ਕਿੰਨਾ ਸੌਖਾ ਹੈ ਨਾ ਕਿ 6 ਸਾਲ ਹੋ ਗਏ, ਲੇਕਿਨ ਜਿਹੜਾ ਬੰਦਾ 6 ਸਾਲ ਬੈੱਡ 'ਤੇ ਪਿਆ ਨਾ ਉਹੀ ਜਾਣਦਾ। ਹੁਣ ਬਹੁਤ ਸਾਰੇ ਪੇਸ਼ੈਂਟ ਬੀਰ ਦਵਿੰਦਰ ਦੀ ਜੋ ਫਿਜ਼ੀਕਲ ਸਟੇਟ ਹੈ, ਫਿਜ਼ੀਕਲ ਕੰਡੀਸ਼ਨ ਹੈ ਜੋ ਇਹਦੀ, ਉਹ ਤਾਂ ਦੇਖ ਲੈਂਦੇ ਆ ਨਾ ਔਰ ਆਪਣਾ ਅਫਸੋਸ ਜ਼ਾਹਿਰ ਕਰ ਦਿੰਦੇ, ਬਟ ਉਹਦੀ ਮਾਨਸਿਕ ਸਥਿਤੀ, ਉਹਦੇ ਮਾਨਸਿਕ ਸਥਿਤੀ ਜੋ ਸੈਕੈਟਰਿਕ ਇਸ਼ੂ ਆ ਰਹੇ ਉਹਦੇ ਸਿਮਟਮਸ ਨੇ, ਉਹ ਤਾਂ ਕੋਈ ਸਮਝ ਨਹੀਂ ਪਾਏਗਾ। ਉਹ ਉਸ ਤੋਂ ਵੀ ਜ਼ਿਆਦਾ ਭਿਆਨਕ ਹੋ ਜਾਂਦੀ, ਉਸ ਤੋਂ ਵੀ ਜ਼ਿਆਦਾ ਖਰਾਬ ਹੋ ਜਾਂਦੀ ਹੈ। ਬੀਰ ਦਵਿੰਦਰ, ਤੁਹਾਡੇ ਬਹੁਤ ਸਾਰੇ ਸੰਗਤ 'ਚੋਂ ਇੱਦਾਂ ਦੇ ਵੀਰ ਬੰਦੇ ਹੋਣੇ ਜਿਨ੍ਹਾਂ ਨੇ ਤੁਹਾਡੇ ਵੀਡੀਓ ਦੇਖੇ ਨੇ ਮੇਰੇ ਸਟੇਟਸ ਤੋਂ ਲੈ ਕੇ ਹੋਰ ਜਗ੍ਹਾ, ਕਿਉਂਕਿ ਆਪਾਂ ਫੇਸਬੁੱਕ ਜਾਂ ਹੋਰ ਤਰ੍ਹਾਂ ਨਹੀਂ ਪਾ ਸਕਦੇ, ਕਿਉਂਕਿ ਜਿੱਥੋਂ ਆਪਾਂ ਆਪਣਾ ਮਲ ਮੂਤਰ ਦਾ ਤਿਆਗ ਕਰਦੇ ਹਾਂ ਸਾਰੇ ਅੰਗ ਹੀ ਗਲ ਗਏ ਆ। ਇਹਦੀ ਗਹਿਰਾਈ ਸਮਝ ਕੇ ਦੇਖੀ, ਤੁਹਾਨੂੰ ਮੈਂ ਕਹਿ ਰਿਹਾ ਕਿ ਸਾਰੇ ਅੰਗ ਹੀ ਗਲ ਗਏ ਹੈ, ਬਿਲਕੁਲ ਖਤਮ ਹੋਏ ਪਏ ਨੇ। ਉਹਨਾਂ ਹਾਲਾਤਾਂ ਦੇ ਵਿੱਚ ਪਹੁੰਚਿਆ ਹੈ, ਮਤਲਬ ਕਿ ਲੋਕ ਬੜੇ ਬੜੇ ਬਹੁਤ ਸਾਰੇ ਲੋਕਾਂ ਨੇ ਬੈੱਡ ਸੋਰ ਦੇ ਵੀਡੀਓ ਦੇਖੇ, ਮੈਂ ਵੀ ਬਣਾਏ ਨੇ, ਬਟ ਇੱਡੇ ਭਿਆਨਕ ਹਾਲਾਤ ਦੇ ਵਿੱਚ ਇਹ ਕਿਉਂਕਿ ਬੰਦਾ ਇੰਨੇ ਭਿਆਨਕ ਹਾਲਾਤ ਦੇ ਵਿੱਚ ਵੀ ਪਹੁੰਚ ਸਕਦਾ। ਹੁਣ ਸਾਡੇ ਕੋਲ ਆਏ ਕਿੰਨਾ ਟਾਈਮ ਹੋ ਗਿਆ ਤੁਹਾਨੂੰ? ਸਰ ਭਾਅ ਜੀ 20 ਦਿਨ ਹੋ ਗਏ ਜੀ। 20 ਦਿਨ ਹੋ ਗਏ? ਹਾਂਜੀ। ਹੁਣ 20 ਦਿਨ ਦੇ ਵਿੱਚ ਕਿਵੇਂ ਦੀ ਕੰਡੀਸ਼ਨ ਹੈ? ਪਹਿਲਾਂ ਮਾਨਸਿਕ ਸਥਿਤੀ ਦੱਸੋ, ਤੁਹਾਡੀ ਦਿਮਾਗੀ ਸਥਿਤੀ ਕੀ ਹੈ? ਜਦ ਤੁਸੀਂ ਆਏ ਸੀ ਬਹੁਤ ਬੜਬੜਾਉਂਦੇ ਸੀ, ਬੇਚੈਨੀ ਵਿੱਚ ਰਹਿੰਦੇ ਸੀ, ਬਹੁਤ ਜ਼ਿਆਦਾ ਫਰਸਟ੍ਰੇਸ਼ਨ ਔਰ ਹਾਈਪਰ ਹੁੰਦੇ ਸੀਗੇ? ਰੋਂਦਾ ਸੀਗਾ ਜੀ। ਰੋਂਦੇ ਬਹੁਤ ਸੀਗੇ? ਬਹੁਤ ਰੋਂਦਾ ਸੀਗਾ, ਮਤਲਬ ਕੁਛ ਪਤਾ ਨਹੀਂ ਲੱਗਦਾ ਸੀਗਾ ਕਿ ਮੈਂ ਕੀ ਬੋਲ ਰਿਹਾ, ਕੀ ਮੇਰਾ ਮਤਲਬ ਬਣੂੰਗਾ, ਮੈਂ ਡਰਿਆ ਪਿਆ ਸੀ। ਔਰ ਮੇਰੀ ਇੰਨੀ ਮਾੜੀ ਹਾਲਤ ਸੀਗੀ ਕਿ ਕਹਿ ਦੇ ਕਿ ਮੈਂ ਹੁਣ ਬਚਦਾ ਨਹੀਂ, ਮੈਨੂੰ ਉਮੀਦ ਨਹੀਂ ਸੀ। ਇਹ ਭਾਅ ਜੀ ਤੁਹਾਡੀ ਬੜੀ ਮਿਹਰਬਾਨੀ ਕਿ ਤੁਹਾਡੀ ਜਿਹੜੀ ਸਹਾਇਤਾ ਹੈ ਉਹਦੇ ਨਾਲ ਮੈਂ ਅੱਜ ਜੀ, ਮਤਲਬ ਅੱਜ ਮੈਂ ਜੀ ਰਿਹਾ, ਅੱਜ ਮੇਰੇ ਸਾਹ ਚੱਲ ਰਹੇ ਨੇ, ਅੱਜ ਮੇਰੀ ਆਵਾਜ਼ ਬੁਲੰਦ ਹੈ, ਉਹ ਤੁਹਾਡੀ ਮਿਹਰਬਾਨੀ ਦੇ ਨਾਲ ਹੈ। ਬਿਲਕੁਲ ਜੀ। ਇਹ ਜਿਹੜੀ ਸਰਵ ਗੋਡ ਸਰਵ ਹਿਊਮਨਿਟੀ ਚੈਰੀਟੇਬਲ ਟਰੱਸਟ ਹੈ, ਇਹ ਸਾਡੇ ਵਰਗੇ ਗਰੀਬਾਂ ਲਈ ਕਹਿ ਦਈਏ ਰੱਬ, ਜਿਵੇਂ ਕਹਿ ਦਈਏ ਭਾਅ ਜੀ ਉਹਨੀ ਰੱਬ ਨੇ ਜੀ। ਆ ਭੈਣਾਂ ਸਾਡੀਆਂ ਜਿਹੜੀਆਂ ਡਰੈਸਿੰਗ ਕਰਦੀਆਂ, ਸਾਡੀ ਮਰਮ ਪੱਟੀ ਕਰਦੀਆਂ ਨੇ, ਉਹ ਭੈਣਾਂ ਜਿਹੜੀਆਂ ਸਾਡੇ ਲਈ ਖਾਣਾ ਬਣਾਉਂਦੀਆਂ ਨੇ, ਇਹ ਸਾਰੇ ਸਾਡੇ ਲਈ ਰੱਬ ਨੇ, ਇਹਨਾਂ ਦੇ ਨਾਲ ਹੀ ਸਾਡੀ ਜ਼ਿੰਦਗੀ ਹੈ। ਮੈਂ ਤਾਂ ਕਹਿੰਦਾ ਇਹਨਾਂ ਚੜ੍ਹਦੀ ਕਲਾ ਵਿੱਚ ਰਹਿਣ, ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਮੇਰੀ ਇਹੀ ਇੱਛਾ ਹੈ।
ਤੇ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੀ ਜਾਨ ਬਚਾਈ। ਗੁਰੂ ਰੂਪੀ ਸੰਗਤ ਤੁਹਾਨੂੰ ਦੇਖ ਰਹੀ ਹੈ, ਸਪੋਰਟ ਕਰਦੇ ਨੇ, ਵੀਰ ਭੈਣ ਜੋ ਤੁਹਾਨੂੰ ਵੀਡੀਓਸ ਰਾਹੀਂ ਦੇਖਦੇ ਨੇ, ਇਹਨਾਂ ਲਈ ਕੁਛ ਕਹਿਣਾ ਚਾਹੋਗਾ? ਕਿਵੇਂ ਦੀ ਸੇਵਾ ਚੱਲ ਰਹੀ ਹੈ ਤੁਹਾਡੀ, ਪਰਸਨਲ ਕਿਵੇਂ ਚੱਲ ਰਹੀ ਹੈ? ਬਹੁਤ ਵਧੀਆ ਜੀ, ਬਹੁਤ ਜ਼ਿਆਦਾ ਖਾਣਾ ਬਹੁਤ ਅੱਛਾ ਹੈ, ਔਰ ਭੈਣਾਂ ਡਰੈਸਿੰਗ ਕਰਦੀਆਂ ਨੇ ਬੜੇ ਬੜੇ ਹੀ ਮਤਲਬ ਬਹੁਤ ਤਰੀਕੇ ਨਾਲ, ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ। ਮੇਰੇ ਖਿਆਲ ਨਾਲ ਤੁਸੀਂ ਕਿਸੇ ਵੀ ਬੜੇ ਤੋਂ ਬੜੇ ਬ੍ਰਾਂਡਡ ਹਸਪੀਟਲ ਚਲੇ ਜਾਂਦੇ, ਨਹੀਂ ਬਚਨੇ ਸੀ। ਮੈਂ ਜੀ ਹਸਪੀਟਲਾਂ 'ਚ ਜਾ ਕੇ ਆਇਆ ਜੀ, ਸਹਾਰਾ ਹਸਪੀਟਲ ਹੋ ਗਿਆ ਜੀ, ਰਜਿੰਦਰਾ ਹਸਪੀਟਲ ਹੋ ਗਿਆ, ਉੱਥੇ ਮੇਰੀ ਮਤਲਬ ਮੇਰਾ ਡਬਲ ਨੁਕਸਾਨ ਹੋਇਆ, ਬਹੁਤ ਜ਼ਿਆਦਾ ਨੁਕਸਾਨ ਹੀ ਹੋਇਆ, ਮੇਰਾ ਭਲਾ ਨਹੀਂ ਹੋਇਆ, ਉਹਨਾਂ ਨੇ ਮੈਨੂੰ ਹੋਰ ਜ਼ਿਆਦਾ ਡੈਮੇਜ ਕਰਤਾ। ਹੈਲਥ ਕੇਅਰ ਸਿਸਟਮ ਜੋ ਹੈ ਨਾ, ਇੱਕ ਬਿਜ਼ਨਸ ਬਣ ਗਿਆ, ਜੋ ਮੈਨੇਜਮੈਂਟ ਹੁੰਦੀਆਂ ਨੇ ਮਨੀ ਮਾਈਂਡਡ ਬਹੁਤ ਜ਼ਿਆਦਾ ਹੁੰਦੀਆਂ ਨੇ, ਬਹੁਤ ਬੁਰੇ ਹਾਲ ਨੇ, ਮੈਡੀਕਲ ਨੈਕਸਸ ਨੂੰ ਭਾਲਣਾ ਬਹੁਤ ਔਖਾ ਹੋਇਆ ਹੋਇਆ। ਇਹ ਤਾਂ ਭਾਅ ਜੀ ਉਹਨਾਂ ਨੇ ਮੈਨੂੰ ਬਚਾ ਲਿਆ ਨਹੀਂ, ਕਿ ਡਾਕਟਰਾਂ ਨੇ ਤਾਂ ਮੈਨੂੰ ਮਾਰ ਹੀ ਦੇਣਾ ਸੀਗਾ, ਜਿਹੜੇ ਨੇ ਮੈਂ ਰਜਿੰਦਰਾ ਹੋਸਪਿਟਲ ਗਿਆ ਹੁਣ ਤਾਂ ਆਪਣੀ ਦੇਖਿਆ, ਰਾਤ ਨੂੰ ਲਾਈਟ ਨਹੀਂ ਹੈਗੀ, ਟੋਰਚਾਂ ਨਾਲ ਇਲਾਜ ਕਰ ਰਹੇ, ਦੱਸੋ ਜੀ ਇਹੋ ਜਿਹਾ ਹਾਲ ਸਾਡੀ ਸਰਕਾਰ ਦਾ। ਹਾਂਜੀ, ਟੋਰਚਾਂ ਨਾਲ ਇਲਾਜ ਕਰ ਰਹੇ ਨੇ ਜੀ, ਰਾਤ ਦੇ 3 ਵਜੇ ਜਿਹੜੇ ਉੱਥੇ ਮਰੀਜ਼ ਸੀਗੇ ਨਾ ਜੀ, ਉਹ ਵਿਚਾਰੇ ਇੰਨੇ ਤੰਗ ਹੋ ਗਏ, ਆਪਣੇ ਘਰਦਿਆਂ ਨਾਲ ਲੜ ਲੜ ਕੇ ਭੱਜ ਰਹੇ ਨੇ, ਘਰਦੇ ਕਹਿੰਦੇ ਨੇ ਬਹਿ ਜਾ। ਅੱਖਾਂ ਨਾਲ ਜੀ, ਅੱਖਾਂ ਨਾਲ ਇਹਦੀ ਕੰਪਲੇਂਟ ਹੋਈ ਹੈ ਜੀ, ਵੀ ਉੱਥੇ ਲਾਈਟ ਨਹੀਂ ਹੈਗੀ, ਇੰਨਾ ਬੁਰਾ ਹਾਲ ਜੀ ਜਿੰਦਰਾ ਦਾ। ਸਾਡਾ ਕਿਸੇ ਰਾਜਨੀਤਿਕ ਅਧਾਰੇ ਨਾਲ, ਕਿਸੇ ਪੋਲੀਟੀਕਲ ਪਾਰਟੀ ਨਾਲ ਸੰਬੰਧ ਨਹੀਂ ਹੈਗਾ, ਬਟ ਬਹੁਤ ਸਾਰੀ ਪੋਲੀਟੀਕਲ ਪਾਰਟੀਆਂ ਬੜੇ ਅੱਛੇ ਅੱਛੇ ਵਾਅਦੇ ਕਰਕੇ ਸਰਕਾਰ ਦੇ ਵਿੱਚ ਆਉਂਦੀਆਂ ਨੇ, ਔਰ ਬਟ ਐਜੂਕੇਸ਼ਨ ਔਰ ਹੈਲਥ ਨਾ, ਇਹ ਦੋ ਇੱਦਾਂ ਦੇ ਸੈਕਟਰ ਨੇ ਜਿਹਦੇ ਵਿੱਚ ਕੋਈ ਵੀ ਸਰਕਾਰ ਇਨਵੈਸਟ ਨਹੀਂ ਕਰਦੀ, ਬੜੀ ਨਿਰਾਸ਼ਾ ਹੁੰਦੀ ਹੈ। ਬੀੜ ਦਵਿੰਦਰ ਦੀ ਹਾਲਤ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬਿਹਤਰ ਹੈ, ਭੈਣ ਜੀ ਕਿਸੇ ਤਰ੍ਹਾਂ ਦੀ ਪਸ ਵਗੈਰਾ ਉਤਰ ਰਹੀ ਹੈ ਇਹਦੇ ਹੁਣ? ਹਾਂ ਭਰੋਸੋ ਬੋਲੋ, ਜਿਹੜੇ ਆਇਆ ਸੀ ਬਹੁਤ ਕ੍ਰਿਟੀਕਲ ਸਟੇਟ ਦੇ ਵਿੱਚ ਸੀਗਾ, ਅਤੇ ਹੁਣ ਕਿਵੇਂ ਦੀ ਸਟੇਟ ਹੈ ਇਹਦੀ, ਮੈਡੀਕਲ ਸਟੇਟ ਦੀ ਆਪਾਂ ਗੱਲ ਕਰੀਏ। ਸੰਗਤ ਜੀ ਯਾਦ ਰੱਖਿਓ, ਇਹਦੇ ਜੋ ਆਪਾਂ ਮਲ ਮੂਤਰ ਇੱਥੋਂ ਤਿਆਗ ਕਰਦੇ, ਸਾਡੇ ਰੀਪ੍ਰੋਡਕਟਿਵ ਔਰਗਨਸ ਹੁੰਦੇ ਉਹ ਸਾਰੇ ਗਲੇ ਪਏ ਨੇ ਪੂਰੇ, ਮਤਲਬ ਕਿ ਸ਼ਬਦ ਘੱਟ ਪੈਂਦੇ ਜਿਸ ਹਾਲਾਤ ਦੇ ਵਿੱਚ ਹੈਗੇ ਨੇ ਉਹ, ਹੈ ਨਾ? ਹੁਣ ਕਿਵੇਂ ਦੀ ਕੰਡੀਸ਼ਨ ਹੈ ਭੈਣ ਜੀ? ਫਸਟ ਡੇ ਵੀਰ ਜੀ ਸਾਨੂੰ ਲੱਗਿਆ ਸੀ ਵੀ ਜਦੋਂ ਦੇਖਿਆ ਸੀ ਸਾਨੂੰ ਬਹੁਤ ਜ਼ਿਆਦਾ ਮਤਲਬ ਤਕਲੀਫ ਆਈ। ਸੱਚੀ ਦੱਸੋ, ਤੁਸੀਂ ਵੀ ਪਹਿਲੀ ਵਾਰ ਇੰਨੇ ਬੁਰੀ ਹਾਲਾਤ 'ਚ ਐਕਸਪੀਰੀਅੰਸ ਕੀਤੀ? ਸਾਨੂੰ ਲੱਗਿਆ ਵੀ ਸਾਨੂੰ ਹਸਪਿਟਲਾਈਜ਼ ਕਰਨਾ ਚਾਹੀਦਾ ਤੇ ਸ਼ਾਇਦ ਸਰਜਰੀ ਜ਼ਰੂਰਤ ਪਏਗੀ, 4-5 ਲੱਖ ਦਾ ਖਰਚਾ ਆਏਗਾ, ਮੁਸ਼ਕਿਲ ਇਹਨਾਂ ਨਾਲ ਗੱਲ ਕਰੀ, ਹੈ ਨਾ ਜੀ? ਪਰ ਅਸੀਂ 15 ਡੇਜ਼ ਦਾ ਸੋਚਿਆ ਵੀ ਆਪਾਂ ਦੇਖਦੇ ਹਾਂ, ਨਹੀਂ ਵੀਰ ਜੀ ਨਾਲ ਗੱਲ ਕਰਕੇ ਇਹਨਾਂ ਨੂੰ ਪੱਕਾ ਹਸਪਿਟਲਾਈਜ਼ ਕਰਾਂਗੇ, ਪਰ ਨਹੀਂ, 15 ਦਿਨ ਬਾਅਦ ਅਸੀਂ ਦੇਖਿਆ ਬੱਸ ਵੀ ਠੀਕ ਹੋ ਗਈ ਅਤੇ ਸਾਨੂੰ ਮਤਲਬ ਕੋਈ ਪ੍ਰੋਬਲਮ ਨਹੀਂ ਆ ਰਹੀ ਸੀ ਡਰੈਸਿੰਗ ਕਰਨ 'ਚ, ਅਤੇ ਹੁਣ ਬਹੁਤ ਜ਼ਿਆਦਾ ਇੰਪਰੂਵਮੈਂਟ ਆ ਮਤਲਬ। ਬਹੁਤ ਸ਼ੁਕਰੀਆ, ਇਹ ਭੈਣਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜੋ ਲਗਾਤਾਰ ਤੁਸੀਂ ਕਰਦੇ ਰਹੋ ਭੈਣ ਜੀ, ਇਸ ਕ੍ਰਿਟੀਕਲ ਸਟੇਟ ਦੇ ਵਿੱਚ ਸਾਨੂੰ ਸਹਿਯੋਗ ਕਰਦੇ, ਸਾਨੂੰ ਮੈਟਿੰਗ ਦੇ ਵਿੱਚ ਪਾਰਟੀਸਪੇਟ ਕਰਦੇ ਹੈ। ਸੰਗਤ ਜੀ ਤੁਸੀਂ ਵੀ ਪਾਰਟੀਸਪੇਟ ਕਰਨਾ, ਤੁਸੀਂ ਵੀ ਸਹਿਯੋਗ ਕਰਨਾ, ਪਲੀਜ਼ ਆਪਣੇ ਸ਼ੇਅਰ ਦੀ ਵੈਲਿਊ ਸਮਝੋ। ਲੱਖਾਂ ਪੇਸ਼ੈਂਟ, ਲੱਖਾਂ, 1 ਲੱਖ 2 ਲੱਖ ਨਹੀਂ, ਕਈ ਲੱਖ ਪੇਸ਼ੈਂਟ ਘਰਾਂ 'ਚ ਪਏ ਪਏ ਗਲ ਰਹੇ ਨੇ, ਮਰ ਰਹੇ ਨੇ, ਉਹਨਾਂ ਦੀ ਉਮੀਦ ਦੀ ਕਿਰਨ ਤੁਸੀਂ ਦੇਣੀ ਹੈ ਸ਼ੇਅਰ ਕਰਕੇ, ਉਹਨਾਂ ਤੱਕ ਆ ਵੀਡੀਓ ਤੁਸੀਂ ਪਹੁੰਚਾਉਣੀ ਹੈ, ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ।